ਫਰੀਦਾ ਗੂਰ ਨਿਮਾਣੀ ਸੱਡ ਕਰੇ ਫਰੀਦ ਸਾਹਿਬ ਜੀ ਫਿਰ ਵਰਾਗ ਮਈ ਕਸਮ ਕਰਦੇ ਹਨ ਗੌਰ ਕਬਰ ਹੈ ਜੀ ਨਿਮਾਣੀ ਜਿੰਦੇ ਤਾਈ ਸੱਦ ਕਰੇ ਆਵਾਜ਼ਾਂ ਮਾਰ ਰਹੀ ਹੈ ਕਹਿੰਦੇ ਨੀ ਜਿਹੜੀ ਕਬਰ ਹੈ ਤੇ ਨਿਮਾਣੀ ਮਾਨ ਤੋਂ ਰਹਿ ਜਿਹੜੀ ਜਿੰਦ ਹੈ ਇਹਨੂੰ ਸੱਦ ਆਵਾਜ਼ ਕਰਦੀ ਹੈ ਆਵਾਜ਼ਾਂ ਦੇ ਰਹੀ ਹੈ ਨਿਮਾਣੀ ਜਿਹੜੀ ਗੌਰ ਕਬਰ ਹੈ ਉਹ ਆਵਾਜ਼ ਕਰਦੀ ਕੀ ਕਹਿੰਦੀ ਇਹ ਜੀਵ ਤੂੰ ਭਾਵੇਂ ਕਿੰਨੇ ਕਿੰਨੇ ਮਹਿਲ ਉਸਾਰ ਲਏ ਹੈ ਕਿੰਨੇ ਤੂੰ ਰਸੋਈਆਂ ਖਾਨੇ ਬਣਾ ਲਏ ਹੈ ਕਿੰਨੇ ਤੂੰ ਦੁਆਸਵੇਂ ਬਣਾ ਲਏ ਹੈ ਚੁਆਸਵੇਂ ਬਣਾ ਲਏ ਹੈ ਪਰ ਘਰ ਨਹੀਂ ਤੇਰਾ ਇਹਨਾਂ ਚੋਂ ਕੋਈ ਤੇ ਅੰਤ ਨੂੰ ਹਿਰਨ ਕਰੇ ਕਬਰ ਕੀ ਤੈ ਆਉਣਾ ਹੈ ਮੇਰੇ ਵਿੱਚ ਹੀ ਆ ਜਾ ਪਰ ਮੈਂ ਥੈ ਆਵੜਾ ਪਰ ਜ਼ਰੂਰ ਵਰ ਜ਼ਰੂਰ ਜਦੋਂ ਕਦੋਂ ਮੇਰੇ ਇਸ ਕਬਰ ਰੂਪੀ ਥਾਂ ਕੀ ਤੈ ਆਉਣਾ ਹੈ ਮਰਨ ਹੋ ਨਾ ਡਰਿਆ ਮੌਤ ਤੋਂ ਭੈ ਨਾ ਕਰ ਜੀਵ ਦਭਾਵ ਤੋਂ ਮਰ ਕੇ ਤੂੰ ਵਾਹਿਗੁਰੂ ਦੇ ਸਰੂਪ ਵਿੱਚ ਮਿਲ ਜਾ ਕਬਰ ਚ ਪਿਆ ਹੋਇਆ ਆਪਣੇ ਆਪ ਨੂੰ ਸਮਝ ਲੈਣੀ ਦੇਖਦਿਆਂ ਫਿਰ ਕਹਿੰਦੇ ਨੇ ਇਹਨਾਂ ਅੱਖਾਂ ਦੇ ਦੇਖਦਿਆਂ ਦੇਖਦਿਆਂ ਕੀ ਚੱਲ ਗਈ ਕਿਤਨੇ ਭਾਈ ਸਾਡੀ ਉਮਰ ਦੇ ਕਈ ਬਜ਼ੁਰਗ ਕਈ ਨੌਜਵਾਨ ਬੇਅੰਤੀ ਇੱਥੋਂ ਪੂਜ ਕਰਕੇ ਚਲੇ ਗਏ ਹਨ ਖਰੀਦਾ ਲੋਕਾਂ ਆਪੋ ਕਬੂਤਰ ਜਨਾਵਰ ਕੀ ਸ਼ਾਹ ਕੋਤੇ ਖਾਕ ਹੋਏ ਕੋਈ ਪੁੱਛਣ ਨੌਜਵਾਨ ਨਸੀਬ ਨਾਵੇਂ ਚ ਲਿਖਿਆ ਹੈ ਖਰੀਦਾ ਲੋਕਾਂ ਆਪੋ ਆਪਣੀ ਸਾਹਿਬ ਜੀ ਕਹਿੰਦੇ ਲੋਕਾਂ ਨੂੰ ਤਾਂ ਆਪੋ ਆਪਣੀ ਕੋਈ ਕਹਿੰਦਾ ਮੈਂ ਮੁੰਡਾ ਵਿਆਹੁਣਾ ਹੈ ਕੋਈ ਕਹਿੰਦਾ ਮੇਰੇ ਪੁੱਤ ਨਹੀਂ ਹੋਇਆ ਕੋਈ ਕਹਿੰਦਾ ਮੇਰੀ ਧੀ ਵਿਆਹੁਣ ਵਾਲੀ ਹੈ ਕੋਈ ਕਹਿੰਦਾ ਪੋਤੇ ਦਾ ਮੂੰਹ ਵੇਖਣਾ ਹੈ ਆਪੋ ਆਪਣੀ ਪਈ ਹੋਈ ਹੈ ਮੈਂ ਆਪਣੀ ਪਈ ਮੈਨੂੰ ਆਪਣੀ ਪਈ ਹੈ ਵੀ ਮੈਂ ਪਰਮੇਸ਼ਰ ਦੇ ਨਾਲ ਮਿਲਣਾ ਮੈਂ ਵਾਹਿਗੁਰੂ ਨਾਲ ਮਿਲਣ ਵਾਸਤੇ ਇਸ ਪਾਸੇ ਲੱਗਾ ਹੋਇਆ ਹਾਂ ਆਪ ਸਵਾਰ ਹੈ ਮੈਂ ਮਿਲੇ ਆਕਾਸ਼ ਬਾਣੀ ਨਾਲ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਸੱਚੇ ਖੁਦਾ ਨੇ ਉਹ ਕਿਹਾ ਫਰੀਦ ਨੂੰ ਫਿਰ ਫਰੀਦਾ ਜੇ ਤੂੰ ਮੈਨੂੰ ਮਿਲਣਾ ਚਾਹੁੰਦਾ ਆਪ ਸਵਾਰ ਹੈ ਮੈਂ ਮਿਲੇ ਜੇ ਤੂੰ ਆਪਣੇ ਆਪ ਨੂੰ ਨਿਰਵਿਕਾਰ ਕਰਕੇ ਆਪਣੇ ਸਰੂਪ ਦੇ ਗਿਆਨ ਕਰਕੇ ਸਵਾਰ ਲਵੇ ਫਿਰ ਤੈਨੂੰ ਮਿਲ ਸਕਦਾ ਤੂੰ ਮੈਨੂੰ ਮਿਲ ਸਕਦਾ ਹੈ ਮੈਂ ਮਿਲਿਆ ਸੁਖ ਜਦੋਂ ਮਿਲੇ ਤੈਨੂੰ ਫਰੀਦ ਸਾਹਿਬ ਮਿਲ ਜਾਵੇ ਉਦੋਂ ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ ਫਿਰ ਵਿਛੋੜੇ ਦੇ ਦੁੱਖ ਸਾਰੇ ਤੇਰੇ ਚੱਕੇ ਜਾਣਗੇ ਫਰੀਦਾ ਜੇ ਤੂੰ ਮੇਰਾ ਹੋਏ ਫਰੀਦ ਸਾਹਿਬ ਜੀ ਕਹਿੰਦੇ ਨੇ ਹੇ ਫਰੀਦ ਗੁਰੂ ਸਾਹਿਬ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਚਣਾ ਹੇ ਫਰੀਦ ਜੇ ਤੂੰ ਵਾਹਿਗੁਰੂ ਕਹਿੰਦਾ ਮੇਰਾ ਹੋ ਰਵੇ ਜਗ ਤੇਰਾ ਮੈਂ ਸਾਰਾ ਸੰਸਾਰ ਤੇਰਾ ਦਾਸ ਬਣਾ ਰਿਹਾ ਸਾਰਾ ਜਗ ਤੂੰ ਤੇਰਾ ਬਣ ਜੇ ਤੂੰ ਮੇਰਾ ਬਣ ਜੇ ਤੂੰ ਮੇਰਾ ਬਣਦਾ ਨੀ ਇਸ ਕਰਕੇ ਦੁਨੀਆਂ ਤੇਰੀ ਨੀ ਬਣਦੀ ਹੈ ਕੰਦੀ ਉੱਤੇ